ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ ਅਤੇ ਅੱਜ ਆਪਾਂ ਕਰਦੇ ਹਾਂ ਇਸ ਵਰਾਇਟੀ ਬਾਰੇ ਗੱਲ ਵੀ ਇਹ ਕਿਹੜੀ ਵਰਾਇਟੀ ਹੈ ਅਤੇ ਆਪਾਂ ਸਾਰਾ ਕੁਝ ਦੱਸਾਂਗੇ ਇਹਦੇ ਬਾਰੇ ਅਤੇ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਇਸ ਨੂੰ ਆਪਾਂ ਲੱਗ ਪਏ ਲਾਉਣ ਪਾਣੀ ਲਾਸਟ ਪਾਣੀ ਲਾਉਣ ਲੱਗ ਪਿਆ ਆਪਾਂ ਇਹਨੂੰ ਆਹ ਵੇਖੋ ਤੁਸੀਂ ਅਤੇ ਇਹ ਤੁਸੀਂ ਵੇਖ ਲਓ ਵੀ ਵਰਾਇਟੀ ਕਿਹੜੀ ਆ ਤੁਸੀਂ ਮਾੜਾ ਮਾੜੀ ਨਿਗਾਹ ਮਾਰੋ ਤੁਹਾਨੂੰ ਪਤਾ ਹੀ ਉਹ ਪਹਿਲਾਂ ਵੀਡੀਓ ਆਉਂਦੀਆਂ ਆਪਣੇ ਚੈਨਲ 'ਤੇ ਇਹਦੀਆਂ ਅਤੇ ਆਪਾਂ ਫਿਰ ਤੁਹਾਨੂੰ ਦੱਸਦੇ ਹਾਂ ਕਿਹੜੀ ਹੈ ਇਹ ਬਾਕੀ ਇਹ ਬੀਜੀ ਵੀ ਹੈਗੀ ਆ 10 ਨਵੰਬਰ ਨੂੰ 10 ਨਵੰਬਰ ਨੂੰ ਬੀਜੀ ਵੀ ਆ ਕਣਕ ਇਹ ਅਤੇ ਕੋਈ ਇਹਦੇ 'ਚ ਬਾਹਲਾ ਕੁਛ ਨਹੀਂ ਪਾਇਆ ਹਿਸਾਬ ਦਾ ਹੀ ਪਾਇਆ ਬਾਕੀ ਉਹ ਦੱਸਿਆ ਆਪਣੀ ਪਿਛਲੀਆਂ ਵੀਡੀਓ 'ਚ ਅਤੇ ਵੀਡੀਓ ਤੁਸੀਂ ਕੱਢ ਕੇ ਵੇਖ ਲਿਓ ਵੀ ਕੀ ਕੁਛ ਪਾਇਆ ਇਹਦੇ 'ਚ ਅਤੇ ਪਰ ਜੇ ਆਪਾਂ ਕਣਕ ਵੇਖੀਏ ਨਾ ਅਤੇ ਕਣਕ ਇੱਧਰ ਹੈਗੀ ਹੈ ਇਹ ਆ ਇੱਧਰ ਹੈਗੀ ਆ 303 ਆਹ ਹੈਗੀ ਆ 222 ਕਣਕ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਹਾਂ 222 ਕਣਕ ਹੈ ਅਤੇ ਇਹਦੇ 'ਚ ਐਂ ਲੱਗਦਾ ਵੀ ਪਤਾ ਨਹੀਂ ਕੀ ਕੁਛ ਸਿੱਟਿਆ ਹੋਊਗਾ ਇੰਨੀ ਭਾਰੀ ਕਣਕ ਆ ਵੀ ਇੰਨੀ ਸੰਘਣੀ ਅਤੇ ਵੀ ਐਂ ਲੱਗਦਾ ਵੀ ਇਹ ਤਾਂ ਜਿਵੇਂ ਡਬਲ ਸਮਾਨ ਪਾਇਆ ਹੁੰਦਾ ਪਰ ਡਬਲ ਡੋਲ ਕੁਛ ਨਹੀਂ ਪਾਇਆ ਅਤੇ ਉਹੀ ਆਮ ਰੇਹ ਪਾਈ ਹੈ ਪਿਛਲੇ ਵਾਰ ਆਪਾਂ 3 ਗਿੱਟੇ ਪਾਉਂਦੇ ਸੀ ਐਤਕੀ ਵੱਧ ਪਾਤੀ ਥੋੜ੍ਹੀ ਜਿਹੀ ਅਤੇ ਬਾਕੀ ਸਾਰਾ ਕੁਝ ਪਿੱਛੇ ਦੱਸਿਆ ਅਤੇ ਆਪਣੀ ਵੀਡੀਓ ਵੇਖ ਲਿਓ ਉੱਥੋਂ ਪਤਾ ਲੱਗ ਜੂਗਾ ਅਤੇ ਆਪਾਂ ਪਹਿਲਾਂ ਵੀ ਵੀਡੀਓ ਆਈਆਂ ਇਹਦੀਆਂ ਅਤੇ ਜਦੋਂ ਆਪਾਂ ਵੱਢਾਂਗੇ ਬਾਬਾ ਸੁੱਖ ਰੱਖੇ ਵਾਹਿਗੁਰੂ ਅਤੇ ਆਪਾਂ ਪਾਵਾਂਗੇ ਵੀਡੀਓ ਉਦੋਂ ਵੀ ਕੀ ਝਾੜ ਦਿੰਦੀ ਹੈ ਅਤੇ ਜਦੋਂ ਆਹ ਵੱਢੀ ਇਹਦੀ ਵੀ ਵੀਡੀਓ ਬਣਾਵਾਂਗੇ ਆਪਾਂ ਇਹਦਾ ਵੀ ਦੱਸਾਂਗੇ ਕੀ ਝਾੜ ਦਿੰਦੀ ਹੈ ਅਤੇ ਇਹ ਬੀਜੀ ਵੀ 1 ਨਵੰਬਰ ਨੂੰ ਆਹ 10 ਨਵੰਬਰ ਨੂੰ ਹੁਣ ਤੁਸੀਂ ਫਰਕ ਵੇਖ ਲਓ ਕਿੰਨਾ ਕੁ ਫਰਕ ਹੈ ਇਹਨਾਂ ਦਾ ਆਹ ਤਾਂ ਪੀਲੇ ਜਿਹੇ ਹੋ ਚੱਲੇ ਉੱਤੋਂ ਪੀਲੀ ਜਿਹੀ ਭਾਅ ਮਾਰ ਲਾ ਪੀ ਅਤੇ ਆਹ ਨਹੀਂ ਹਜੇ ਅਤੇ ਊਂ ਇਹ ਹਜੇ ਇਹਦੇ ਦਾਣੇ ਬਣਨ ਲੱਗੇ ਹੈ ਅਤੇ ਬਾਕੀ ਸਪਰੇਆਂ ਆਪਾਂ ਤਾਂ ਕੋਈ ਤਾਕਤ ਤੂਕਤ ਵਾਲੀ ਸਪਰੇਅ ਨਹੀਂ ਕੀਤੀ ਅਤੇ ਗੁਲਡਨ ਡੇ ਵਾਲੀ ਜ਼ਰੂਰ ਕੀਤੀ ਸੀ ਆਪਾਂ ਅਤੇ ਗੁਲਡਨ ਡਾ ਵੇਖ ਲਓ ਹੁਣ ਤੁਸੀਂ ਇਹਦੇ 'ਚ ਜੇ ਕੋਈ ਵੀ ਡੱਕਾ ਕਿਤੇ ਇੱਕ ਅੱਧਾ ਮਾੜਾ ਮੋਟਾ ਦਾਣਾ ਭਲਾ ਹੋਵੇ ਅਤੇ ਨਹੀਂ ਗੁਲਡਨ ਡਾ ਹੈ ਨਹੀਂਗਾ ਅਤੇ ਜੇ ਆਪਾਂ ਨਾ ਸਪਰੇਅ ਕਰਦੇ ਅਤੇ ਫਿਰ ਗੁਲਡਨ ਡਾ ਦਿਸਣਾ ਸੀ ਉੱਤੇ ਇੰਨਾ ਗੁਲਡਨ ਡਾ ਸੀ ਇਹਦੇ 'ਚ ਅਤੇ ਬੀਜੀ ਆਪਾਂ ਹੈਗੀ ਜੀਰੋ ਡਰਿਲ ਨਾ ਇਹ ਜੀਰੋ ਨਾਲ ਬੀਜਣ ਕਰਕੇ ਵੀ ਇੰਨਾ ਗੁਲਡਨ ਡਾ ਉੱਗ ਰਿਹਾ ਸਿਰ ਦੇ ਵਾਲਾਂ ਨੂੰ ਜਦੋਂ ਆਪਾਂ ਪਾਣੀ ਲਾਇਆ ਪਹਿਲਾਂ ਉਦੋਂ ਬਾਅਦ ਅਤੇ ਫਿਰ ਆਪਾਂ ਸਪਰੇਅ ਕਰਤੀ ਸੀ ਚਲੋ ਸਪਰੇਅ ਕਿਹੜੀ ਕੀਤੀ ਸੀ ਉਹ ਵੀ ਆਪਾਂ ਪਿੱਛੇ ਦੱਸਿਆ ਹੁਣ ਵੀ ਦੱਸ ਦਿੰਦੇ ਹਾਂ ਐਕਸਲ 'ਤੇ ਟੋਪਕ ਕੀਤੀ ਸੀ ਰਲਾ ਕੇ ਜਿੰਨੀ ਕੁ ਕਿੱਲੇ ਦੀ ਡੋਜ਼ ਹੈ ਅਤੇ ਪਰ ਗੁਲਡਨ ਡਾ ਮਰ ਗਿਆ ਅਤੇ ਬਾਕੀ ਜੇ ਆਪਾਂ ਹੋਰ ਸਪਰੇਅ ਦੀ ਗੱਲ ਕਰੀਏ ਜਿਵੇਂ ਆਪਾਂ ਕੋਈ ਤਾਕਤ ਵਾਲੀ ਕੋਈ ਸਪਰੇਅ ਨਹੀਂ ਕੀਤੀ ਅਤੇ ਜੇ ਆਪਾਂ ਕੀਤੀ ਹੈ ਤਾਂ ਇਹ ਤਾਂ ਇੱਕ ਬੱਸ ਆਹ ਕੀਤੀ ਹੈ ਕਿਹੜਾ ਇੱਕ ਫੰਗੀ ਸਾਈਡ ਅਤੇ ਇੱਕ ਅਕਟਾਰਾ ਅਤੇ ਜਾਂ ਇਹਦੇ 'ਚ ਸੁੰਡੀ ਵਾਲੀ ਪਾਈ ਹੈ ਕੁਛ ਵਾਣ ਆਪਾਂ ਪਹਿਲਾਂ ਕੀਤਾ ਉਹ ਤਾਂ ਸੁੰਡੀ ਵਾਲੀ ਨਹੀਂ ਪਾਈ ਸੀ ਇਹ ਤਾਂ ਜ਼ਰੂਰ ਪਾਈ ਹੈ ਅਤੇ ਹੋਰ ਆਪਾਂ ਕੋਈ ਸਪਰੇਅ ਨਹੀਂ ਕੀਤੀ ਅਤੇ ਹਾਂ ਲੋੜ ਪਈ ਤਾਂ ਇੱਕ ਮੰਨ ਕੇ ਚੱਲੋ ਇਹਨੂੰ ਪੰਜ ਛੇ ਦਿਨ ਹੋ ਗਏ ਸਪਰੇਅ ਕੀਤੀ ਨੂੰ ਅਤੇ 10 ਦਿਨਾਂ ਤਾਈਂ 12 ਦਿਨਾਂ ਤਾਈਂ ਆਪਾਂ ਫਿਰ ਕਰ ਦਾਂਗੇ ਇੱਕ ਅਤੇ ਉਦੋਂ ਬਾਅਦ ਫਿਰ ਲੋੜ ਨਹੀਂ ਉਦੋਂ ਦਾਣੇ ਬਣ ਜਾਣਗੇ 20 ਕੁ ਦਿਨਾਂ 'ਚ ਦਾਣੇ ਬਣਾ ਜਾਣੀਆਂ ਕਣਕਾਂ ਅਤੇ ਆਪਾਂ ਤਾਂ ਕਰਤਾ ਲਾਸਟ ਪਾਣੀ ਸ਼ੁਰੂ ਇਹਨੂੰ ਅਤੇ ਜਿਹੜੀ ਵੀ ਕਣਕ ਨੂੰ ਹੁਣ ਲਾਵਾਂਗੇ ਆਪਣਾ ਲਾਸਟ ਹੀ ਹੋਊਗਾ ਭਲਾਂ ਕੋਈ 30-86 ਹੈ ਭਲਾਂ ਉਹ 303 ਹੈ ਅਤੇ ਭਲਾਂ 222 ਹੈ ਬਸ ਇਦੋਂ ਬਾਅਦ ਪਾਣੀ ਨਹੀਂ ਲਾਉਣਾ ਫਿਰ ਲੇਟ ਪਾਣੀ ਲਾਇਆ ਨਾ ਇੱਕ ਤਾਂ ਟਾਂਗਰ ਜਿਹਾ ਕਾਲਾ ਜਿਹਾ ਪੈ ਜਾਂਦਾ ਅਤੇ ਬਾਕੀ ਉਹਦਾ ਨਾ ਦਾਣਿਆਂ 'ਤੇ ਵੀ ਅਸਰ ਪੈਂਦਾ ਦਾਣੇ ਪਿਚਕ ਜਾਂਦੇ ਹੈ
पानी लाता हुण नाले मौसम साफ है ते माड़ी माड़ी हवा वगदी है। ਵੀ ਇਹ ਸੀ ਆਪਣੀ ਅੱਜ ਦੀ ਵੀਡੀਓ, ਮਿਲਦਾ ਕਿਸੇ ਹੋਰ ਵੀਡੀਓ ਨਾਲ, ਅਤੇ ਚੈਨਲ ਨਾਲ ਜੁੜੇ ਰਹੋ, ਅਤੇ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ।